ਸ੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪਰੋ ਮਾਜਰਾ ਵਿਖੇ 10ਵਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸੰਤ ਕੁਲਵੰਤ ਰਾਮ ਪਰੋ ਮਾਜਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰ ਪੰਜਾਬ ਤੇ ਸੰਤ ਲਕਸ਼ਮਣ ਦਾਸ ਦੀ ਸਰਪ੍ਰਸਤੀ ਹੇਠ ਸੰਤ ਮੇਲਾ ਰਾਮ ਸਪੋਰਟਸ ਕਲੱਬ, ਸਤਿਗੁਰ ਰਵਿਦਾਸ ਚੈਰੀਟੇਬਲ ਟਰੱਸਟ ਪਰੋ ਮਾਜਰਾ, ਡਾਕਟਰ ਅੰਬੇਦਕਰ ਸਪੋਰਟਸ ਕਲੱਬ ਪਰੋ ਮਾਜਰਾ ਅਤੇ ਡਾਕਟਰ ਬੀ.ਆਰ. ਅੰਬੇਦਕਰ ਗਰੋ ਗ੍ਰੀਨ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਵੱਖ ਵੱਖ ਕਬੱਡੀ ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਮਾਨਕਾ ਲਿਤਰਾ ਕਬੱਡੀ ਟੀਮਾਂ ਦੌਰਾਨ ਖੇਡਿਆ ਗਿਆ, ਜਿਸ ਵਿਚ ਮਾਨਕਾ ਕਬੱਡੀ ਕਲੱਬ ਜੇਤੂ ਰਹੀ, ਜਿਸ ਨੂੰ ਪਹਿਲਾ ਇਨਾਮ 41,000 ਰੁਪਏ ਟਰਾਫੀ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 31,000 ਰੁਪਏ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਵੀ ਦੱਸਣਯੋਗ ਹੈ ਕਿ ਪਹਿਲਾ ਇਨਾਮ ਸਤਪਾਲ ਇਟਲੀ ਤੇ ਕਿਰਨ ਇਟਲੀ ਵੱਲੋਂ ਦਿੱਤਾ ਗਿਆ ਅਤੇ ਦੂਜਾ ਇਨਾਮ ਜਸਵੀਰ ਭਰੋ ਮਾਜਰਾ ਗ੍ਰੀਸ ਪੁੱਤਰ ਅਮਰਦਾਸ ਵੱਲੋਂ ਦਿੱਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਕੁਲਵੰਤ ਰਾਮ, ਸੰਤ ਲਕਸ਼ਮਣ ਦਾਸ, ਸਤਵੀਰ ਸਿੰਘ ਭੱਲੀ ਚੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕੀਤੀ। ਦਾਸ ਮਹਾਰਾਜ ਕੀ ਜੈ। ਸਾਹਿਬ ਕਮਾਲ ਜਗਤ ਪਿਤਾਮਾ ਧੰਨ ਧੰਨ ਸਤਿਗੁਰੂ ਦਾਸ ਮਹਾਰਾਜ ਦੇ 600 ਪ੍ਰਕਾਸ਼ਮੇ ਉਤਸਵ ਦੀ ਸਮੂਹ ਸੰਗਤਾਂ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦੇ, ਉੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਰਾ 108 ਸੰਤ ਬਾਬਾ ਮੇਲਾ ਰਾਜ ਮਹਾਰਾਜ ਤੋਂ ਹਰ ਸਾਲ ਦੀ ਤਰ੍ਹਾਂ ਇਸ 10ਵਾਂ ਕਬੱਡੀ ਕੱਪ ਜੋ ਡੇਰਾ 108 ਸੰਤ ਬਾਬਾ ਮੇਲਾ ਰਾਜ ਦਰਬਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਸਮੂਹ ਇਲਾਕਾ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਆਪਣੇ ਦਸਾਂ ਨਹੁੰ ਦੀ ਕਿਰਤਾਂ ਦੇ ਵਿੱਚੋਂ ਇਸ ਮਹਾਂਜਗ ਦੇ ਵਿੱਚ ਭੇਟਾ ਭਟਾਮਾ ਦਿੱਤੀਆਂ ਹਨ, ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਔਰ ਅੱਜ ਦੇ ਦਿਹਾੜੇ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਇਹ ਜੋ ਅਸੀਂ ਪਰਪਕਾਰ ਸਮੂਹ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਕਰਾਉਂਦੇ ਹਾਂ, ਕਿਉਂਕਿ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਸਾਡਾ ਨੌਜਵਾਨ ਵਰਗ ਫਸਿਆ ਹੈ, ਉਸ ਨੂੰ ਦੂਰ ਕਰਨ ਦੇ ਲਈ ਹਰ ਸਾਲ ਕਬੱਡੀ ਕੱਪ ਕਰਾਉਂਦੇ ਹਾਂ ਤਾਂ ਜੋ ਸਾਡੇ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਅਤੇ ਖੇਡਾਂ ਦੇ ਵਿੱਚ ਆਪਣਾ ਵੱਧ ਤੋਂ ਵੱਧ ਮਨ ਜੋੜਨ, ਤਾਂ ਜੋ ਸਾਡੇ ਨੌਜਵਾਨਾਂ ਦੀ ਜਵਾਨੀ ਉਹ ਖਰਾਬ ਨਾ ਹੋਵੇ।
ਉਹ ਆਪਣੇ ਬਜ਼ੁਰਗਾਂ ਨੂੰ ਵੀ ਗਾਹਾਂ ਬੁਢੇਪੇ ਦੇ ਵਿੱਚ ਸਹਾਰਾ ਬਣਨ, ਜੈ ਗੁਰਦੇਵ ਧੰਨ ਗੁਰਦੇਵ, ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ। ਕੁਛ ਨਹੀਂ ਬੋਲਣਾ, ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਅੱਜ ਪਿੰਡ ਭਰੂਮਿਆਰਾ ਵਿਖੇ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਦੇ ਦਰਬਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਉਤਸਵ 'ਤੇ ਆਈਆਂ ਹੋਈਆਂ ਕਰਵਾਇਆ ਜਾ ਰਿਹਾ ਕਬੱਡੀ ਕੱਪ ਵਿੱਚ ਪਹੁੰਚੀਆਂ ਹੋਈਆਂ ਸਰਬੱਤ ਸੰਗਤਾਂ ਦਾ ਡੇਰੇ ਵੱਲੋਂ ਬਹੁਤ ਬਹੁਤ ਕੋਟਨ ਕੋਟਨ ਧੰਨਵਾਦ। ਥੈਂਕ ਯੂ। ਨਵਾਂ ਸ਼ਹਿਰ ਤੋਂ ਤੇਜ ਪ੍ਰਕਾਸ਼ ਖਾਲਸਾ ਦੀ ਰਿਪੋਰਟ।